ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਡਰਾਈਵਿੰਗ ਲਾਇਸੈਂਸ ਜਿਹੜਾ ਇੱਥੇ ਚੇਂਜ ਹੋ ਜਾਂਦਾ ਉਹਦੇ ਬਾਰੇ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਕਿ ਤੁਸੀਂ ਇੰਟਰਨੈਸ਼ਨਲ ਲਾਇਸੈਂਸ ਕਿਵੇਂ ਜਿਹੜਾ ਬਣਾ ਸਕਦੇ ਹੋ ਜੇ ਕਿਸੇ ਨੇ ਬਣਵਾਉਣਾ ਹੋਵੇ ਤਾਂ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਤੁਸੀਂ ਖੁਦ ਵੀ ਬਣਾ ਸਕਦੇ ਆ ਤੇ ਕੁਝ ਲੋਕਾਂ ਦੇ ਕੁਝ ਬੰਦਿਆਂ ਦੇ ਮੈਂ ਜਿਹੜੇ ਡਰਾਈਵਿੰਗ ਇੰਟਰਨੈਸ਼ਨਲ ਲਾਇਸੈਂਸ ਉਹਨਾਂ ਨੂੰ ਬਣਾ ਕੇ ਦਿੱਤੀ ਉਹਨਾਂ ਕੋਲ ਇੰਡੀਅਨ ਲਾਇਸੈਂਸ ਸੀਗਾ ਉਹ ਹੀ ਚੇਂਜ ਉਹਦੇ ਤੇ ਹੀ ਬਣਦਾ ਵਾ ਉਹ ਜਿਹੜੇ ਬੰਦੇ ਸੀਗੇ ਉਹ ਡਿਲੀਵਰੀ ਦਾ ਕੰਮ ਕਰਦੇ ਸੀਗੇ ਬਾਈਕ ਤੇ ਤੇ ਵਿੱਚ ਕੁਝ ਮੁੰਡੇ ਸੀਗੇ ਸੋਚਦੇ ਸੀਗੇ ਅਸੀਂ ਆਪਣੀ ਗੱਡੀ ਲਵਾਂਗੇ ਉੱਤੇ ਕੰਮ ਕਰਾਂਗੇ ਕਿਉਂਕਿ ਸਾਈਕਲ ਤੇ ਜਿਹੜਾ ਕੰਮ ਕਰਨਾ ਔਖਾ ਵਾ ਤੇ ਪੈਸੇ ਵੀ ਘੱਟ ਬਣਦੇ ਆ ਸੋ ਉਹਨਾਂ ਦੀ ਮੈਂ ਹੈਲਪ ਕੀਤੀ ਹੁਣ ਵਿੱਚ ਕੁਝ ਬੰਦੇ ਐਂਦਾ ਦੇ ਆ ਜਿਹੜੇ ਗਲਫ ਤੋਂ ਆਏ ਸੀਗੇ ਐਜ਼ ਡਰਾਈਵਿੰਗ ਇੱਥੇ ਮਤਲਬ ਡਰਾਈਵਿੰਗ ਦੇ ਚੱਕਰ ਚ ਆਏ ਸੀਗੇ ਠੀਕ ਆ ਉਹਨਾਂ ਕੋਲ ਗਲਫ ਦੇ ਲਾਇਸੈਂਸ ਆ ਫਿਰ ਜਾਂ ਫਿਰ ਉਹ ਆਏ ਤਾਂ ਵਿਚਾਰੇ ਕਿਸੇ ਹੋਰ ਕੰਮ ਤੇ ਸੀਗੇ ਇੱਥੇ ਲੇਬਰ ਕਰਦੇ ਆ ਤੇ ਇੰਡੀਆ ਤੋਂ ਉਹਨਾਂ ਨੂੰ ਏਜੰਟਾਂ ਨੇ ਕਹਿ ਦਿੱਤਾ ਕਿ ਤੁਹਾਨੂੰ ਅਸੀਂ ਜਿਹੜਾ ਡਰਾਈਵਿੰਗ ਦੇ ਵਿੱਚ ਉੱਤੇ ਭੇਜਾਂਗੇ ਇੱਥੇ ਥੋੜਾ ਜਿਹਾ ਡਰਾਈਵਿੰਗ ਦਾ ਪ੍ਰੋਸੈਸ ਜਿਹੜਾ ਔਖਾ ਹਮ ਇੱਕ ਦੋ ਵੀਡੀਓ ਬਣਾਈਆਂ ਵੀ ਇੱਕ ਦੋ ਮੁੰਡਿਆਂ ਦੇ ਨਾਲ ਤੇ ਉਹ ਤੁਸੀਂ ਦੇਖ ਵੀ ਸਕਦੇ ਆ ਬਟ ਜਿਹੜਾ ਅੱਜ ਮੈਂ ਤੁਹਾਨੂੰ ਦੱਸਦਾ ਹਾਂ ਡਰਾਈਵਿੰਗ ਲਾਇਸੈਂਸ ਕਿੱਦਾਂ ਚੇਂਜ ਹੁੰਦਾ ਇਹ ਤੁਹਾਡੇ ਕੋਲ ਗਲਫ ਦਾ ਲਾਇਸੈਂਸ ਆ ਮੰਨ ਲਓ ਤੁਹਾਡੇ ਕੋਲ ਸੌਦੀ ਦਾ ਕੁਵੈਤ ਦਾ ਦੁਬਈ ਦਾ ਕਤਰ ਦਾ ਕਿਸੇ ਵੀ ਕੰਟਰੀ ਦਾ ਲਾਇਸੈਂਸ ਆ ਤੇ ਤੁਸੀਂ ਉਹਨੂੰ ਜਿਹੜਾ ਵਾ ਚੇਂਜ ਕਿੱਦਾਂ ਕਰ ਸਕਦੇ ਆ ਉਹਦੇ ਬਾਰੇ ਜਿਹੜਾ ਆਪਾਂ ਗੱਲਬਾਤ ਕਰਾਂਗੇ ਡਰਾਈਵਿੰਗ ਲਾਇਸੈਂਸ ਚੇਂਜ ਕਰਨ ਵਾਸਤੇ ਕੋਈ ਚੀਜ਼ਾਂ ਜਿਹੜੀਆਂ ਹੋਣੇ ਚਾਹੀਦੀਆਂ ਆ ਡਰਾਈਵਿੰਗ ਲਾਇਸੈਂਸ ਚੇਂਜ ਕਰਨ ਵਾਸਤੇ ਰូមਾਨੀਆ ਵਿੱਚ ਲੈਂਗੁਏਜ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਤੁਹਾਨੂੰ ਲੈਂਗੁਏਜ ਦਾ ਟੈਸਟ ਦੇਣਾ ਪਊਗਾ ਜਾਂ ਤੁਹਾਨੂੰ ਕੋਈ ਡਰਾਈਵਿੰਗ ਦਾ ਟੈਸਟ ਦੇਣਾ ਪਊਗਾ ਕੁਝ ਨਹੀਂ ਜੇ ਤੁਹਾਡੇ ਕੋਲ ਗਲਫ ਦਾ ਲਾਇਸੈਂਸ ਕਿਸੇ ਕੰਟਰੀ ਦਾ इजीली ਤੁਸੀਂ ਚੇਂਜ ਕਰ ਸਕਦੇ ਹੋ ਚੇਂਜ ਕਰਾ ਸਕਦੇ ਆ ਇੱਥੇ ਉਹ ਜਾਹੇ ਤੁਹਾਡੇ ਕੋਲ ਕਾਰ ਦਾ ਲਾਇਸੈਂਸ ਆ ਤੁਹਾਡੇ ਕੋਲ ਬੱਸ ਦਾ ਟਰੱਕ ਦਾ ਕਿਸੇ ਵੀ ਚੀਜ਼ ਦਾ ਤੁਹਾਡੇ ਕੋਲ ਲਾਇਸੈਂਸ ਆ ਤੁਸੀਂ ਇੱਥੇ ਚੇਂਜ ਕਰਾ ਕੇ ਦੂਸਰਾ ਜਿਹੜਾ ਇੱਥੋਂ ਦਾ ਲਾਇਸੈਂਸ ਇੰਟਰਨੈਸ਼ਨਲ ਲਾਇਸੈਂਸ ਜਿਹੜਾ ਰូមਾਨੀਆ ਦਾ ਉਹ ਲੈ ਸਕਦੇ ਆ ਇਹ ਲਾਇਸੈਂਸ ਜਿਹੜਾ 10 ਸਾਲ ਦਾ ਹੁੰਦਾ ਜਿਹੜਾ ਤੁਹਾਡੇ ਕੋਲ ਜਿਹੜਾ ਤੁਹਾਨੂੰ ਰਮਾਨੀਆਂ ਨੇ ਲਾਇਸੈਂਸ ਦੇਣਾ ਹੈ 10 ਸਾਲ ਦਾ ਤੁਹਾਨੂੰ ਲਾਇਸੈਂਸ ਦੇਣਾ ਹੈ ਇਹਦੇ ਵਾਸਤੇ ਕੋਈ ਡਾਕੂਮੈਂਟ ਤੁਹਾਨੂੰ ਜਿਹੜੇ ਜ਼ਰੂਰੀ ਆ ਉਹ ਡਾਕੂਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਵਾ ਜੇ ਮੰਨ ਲਓ ਤੁਹਾਡੇ ਕੋਲ ਸਾਊਦੀ ਅਰਬ ਦਾ ਲਾਇਸੈਂਸ ਹੈ ਉਹ ਜਿੰਨੇ ਕੋਈ ਡਾਕੂਮੈਂਟ ਹੋਣ ਚਾਹੀਦੇ ਸੀਗੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਹੁੰਦਾ ਡਾਟਾ ਆਫ ਕੈਲੀਬ੍ਰੇਸ਼ਨ ਲੈਟਰ ਜਿਹੜਾ ਕਿ ਤੁਹਾਨੂੰ ਅੰਬੈਸੀ ਤੋਂ ਮਿਲਦਾ ਵਾ ਉਹਦੇ ਤੋਂ ਬਿਨਾ ਜਿਹੜਾ ਵਾ ਲਾਇਸੈਂਸ ਨਹੀਂ ਅਪਲਾਈ ਹੁੰਦਾ ਜੇ ਮੰਨ ਲਓ ਤੁਹਾਡੇ ਕੋਲ ਸਾਊਦੀ ਦਾ ਲਾਇਸੈਂਸ ਆ ਤੇ ਤੁਹਾਨੂੰ ਜਿਹੜਾ ਵਾ ਡਾਟਾ ਵੈਰੀਫਿਕੇਸ਼ਨ ਜਿਹੜਾ ਲੈਟਰ ਚਾਹੀਦਾ ਵਾ ਉਹ ਮਿਲੂਗਾ ਤੁਹਾਨੂੰ ਜਿਹੜੀ ਸਾਊਦੀ ਅਰਬ ਦੀ ਐਮਬੈਸੀ ਆ ਇੱਥੇ ਰਮਾਨੀਆ ਦੇ ਵਿੱਚ ਉਹਦੇ ਕੋਲੋਂ ਮਿਲੂਗਾ ਅ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੁੰਦਾ ਇਹ ਤੁਸੀਂ ਖੁਦ ਵੀ ਪ੍ਰੋਸੈਸ ਕਰ ਸਕਦੇ ਆ ਈਜ਼ੀ ਆ ਤੇ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਡਾਟਾ ਵੈਰੀਫਿਕੇਸ਼ਨ ਲੈਟਰ ਤੁਸੀਂ ਕਿੱਦਾਂ ਲੈਣਾ ਉਹ ਤੇ ਤੁਸੀਂ ਮੈਨਾਂ ਵੀ ਕੰਟੈਕਟ ਕਰ ਲਿਓ ਮੈਂ ਤੁਹਾਨੂੰ ਜਿਹੜਾ ਵਾ ਈਜ਼ੀਲੀ ਉਹਨੂੰ ਲੈ ਕੇ ਦੇ ਦੂੰਗਾ ਉਹ ਜਿਹੜੀ ਵੀ ਕੰਟਰੀ ਦੀ ਐਮਬੈਸੀ ਹੋਊਗੀ ਜਿਹੜਾ ਵੀ ਤੁਹਾਡੇ ਕੋਲ ਲਾਇਸੈਂਸ ਹੋਊਗਾ ਬਸ ਇਹਦੇ ਵਿੱਚ ਜਿਹੜਾ ਤੁਹਾਡਾ ਲਾਇਸੈਂਸ ਆ ਗਲਫ ਦਾ ਕਿਸੇ ਵੀ ਕੰਟਰੀ ਦਾ ਲਾਇਸੈਂਸ ਉਹ ਵੈਲਿਡ ਹੋਣਾ ਚਾਹੀਦਾ ਵਾ ਇਨਵੈਲਿਡ ਲਾਇਸੈਂਸ ਜਿਹੜਾ ਉਹਦਾ ਇਹ ਨਹੀਂ ਮੰਨਦੇ ਹੈਗੇ ਵੈਲਿਡ ਲਾਇਸੈਂਸ ਹੈਗਾ ਵਾ ਤੁਸੀਂ ਜਿਹੜਾ ਵਾ ਉਹਨੂੰ ਇਜ਼ੀਲੀ ਚੇਂਜ ਕਰਾ ਸਕਦੇ ਆ ਡਾਟਾ ਵੈਰੀਫਿਕੇਸ਼ਨ ਲੈਟਰ ਵਾਸਤੇ ਤੁਹਾਡੇ ਕੋਲ ਮਾਨੀਆ ਦਾ TCR ਕਾਰਡ ਹੋਣਾ ਚਾਹੀਦਾ ਵੈਲਿਡ ਪਾਸਪੋਰਟ ਜਿਹੜਾ ਵਾ ਉਹਦੀ ਕਾਪੀ ਜਿਹੜੀ ਲੱਗਣੀ ਆ ਉਸ ਤੋਂ ਇਲਾਵਾ ਜਿਹੜਾ ਲਾਇਸੈਂਸ ਆ ਜਿਹੜਾ ਤੁਹਾਡੇ ਕੋਲ 사ウਦੀ ਦਾ ਲਾਇਸੈਂਸ ਹੈ ਜੇ ਵੈਲਿਡ ਆ ਤੇ ਉਹਦੀ ਜਿਹੜੀ ਆ ਕਾਪੀ ਲੱਗਣੀ ਆ ਇਹ ਸਾਰੀਆਂ ਕਾਪੀਆਂ ਤੁਸੀਂ ਮੇਲ ਕਰ ਦੇਣੀਆਂ ਆ ਜਿਹੜੀ 사우ਦੀ ਦੀ ਜਿਦਾ ਐਮਬੈਸੀ ਆ ਜੇ ਤੁਸੀਂ ਖੁਦ ਕਰ ਸਕਦੇ ਆ ਤੁਹਾਨੂੰ ਦੱਸ ਦਿੰਦਾ ਕੀ ਕੀ ਪ੍ਰੋਸੈਸ ਆ 사우ਦੀ ਦੀ ਐਮਬੈਸੀ ਨੂੰ ਤੁਸੀਂ ਮੇਲ ਲਿਖਣੀ ਆ ਉਹਨਾਂ ਨੂੰ ਗਾਣਾ ਕਿ ਮੈਂ ਜਿਹੜਾ ਆ 사우ਦੀ ਦਾ ਲਾਇਸੈਂਸ ਇਰਮਾਨੀ ਵਿੱਚ ਚੇਂਜ ਕਰਾਉਣਾ ਚਾਹੁੰਦਾ ਆ ਇਹਦੇ ਵਾਸਤੇ ਮੈਨੂੰ ਜਿਹੜੀ ਅਥਾਰਟੀ ਚਾਹੀਦੀ ਆ ਉਹਨੂੰ ਅਥਾਰਟੀ ਕਾਲੋ ਡਾਟਾ ਵੈਰੀਫਿਕੇਸ਼ਨ ਲੈਟਰ ਕਹੋ ਉਹ ਕੀ ਕਰਨਗੇ ਉਹ ਤੁਹਾਨੂੰ ਮੇਲ ਦਾ ਰਿਪਲਾਈ ਕਰਨਗੇ ਉਹ ਚਰਮ ਦੀ ਕੰਡੀਸ਼ਨ ਲਿਖਿਆ ਹੋਣਗੇ ਸਟੈਪ ਬਾਈ ਸਟੈਪ ਸਾਰਾ ਕੁਝ ਲਿਖਿਆ ਹੋਊਗਾ ਕਿ ਆ ਵੈਬਸਾਈਟ ਤੇ ਜਾਓ ਇੱਥੇ ਤੁਹਾਨੂੰ ਆਫਿਸ ਫੀ ਕਰਨੀ ਪਣੀ ਜਿਹੜੀ ਫੀ ਸ ਆ ਨਾਰਮਲੀ ਉਹ ਡਿਫਰੈਂਟ ਡਿਫਰੈਂਟ ਹੁੰਦੀ ਹੈ ਬਟ 90 ਤੋਂ ਲੈ 80 ਤੋਂ ਲੈ ਕੇ 90 ਯੂਰੋ ਜਿਹੜੀ ਫੀਸ ਆ ਜੇ ਤੁਸੀਂ ਗ੍ਰਾਮ ਦੀ ਗੱਲ ਕਰ ਲੋ 350 ਤੋਂ ਲੈ ਕੇ 400 ਗ੍ਰਾਮ ਦੇ ਵਿੱਚ ਵਿੱਚ ਜਿਹੜੀ ਫੀਸ ਆ ਇੰਨੀ ਕੀ ਫੀਸ ਆ ਉਹ ਤੁਸੀਂ ਇਨਕਲੂਡ ਕਨਵਰਟ ਕਰ ਲੋ ਰਮਾਨੀਆ ਦੀ ਜਿਹੜੀ ਹੈ ਕਰੰਸੀ ਉਹਦੇ ਵਿੱਚ ਓਨੇ ਕੇ ਪੈਸੇ ਜਿਹੜੇ ਆ ਤੁਸੀਂ ਉਹ ਪੇ ਕਰਨੇ ਹੁੰਦੇ ਉਹਨਾਂ ਨੂੰ ਤੇ ਉਹ ਜਦੋਂ ਪੇ ਕਰਦੇ ਆ ਉਹ ਤੋਂ ਬਾਅਦ ਜੋ ਕਨਫਰਮ ਕਰ ਦਿੰਦੇ ਆ ਤੁਹਾਨੂੰ ਵਾਪਸ ਜਿਹੜਾ ਵਾ ਰਿਪਲਾਈ ਕਰਦੇ ਆ ਕਿ ਤੁਹਾਨੂੰ ਇੰਨੇ ਦਿਨ ਦੇ ਵਿੱਚ ਤੁਹਾਡਾ ਜਿਹੜਾ ਡਾਟਾ ਵੈਰੀਫਿਕੇਸ਼ਨ ਲੈਟਰ ਜਿਹੜਾ ਮਿਲ ਜੂਗਾ ਮੋਸਟਲੀ ਉਹ ਕੰਟਰੀਆਂ ਦੇ ਹਿਸਾਬ ਤੇ ਨਾਲ ਕੁਝ ਕੰਟਰੀਆਂ 1 ਮਹੀਨਾ ਲਾਉਂਦੀਆਂ ਕੁਝ ਕੰਟਰੀਆਂ 20 ਦਿਨ ਚ ਦੇ ਦਿੰਦੀਆਂ ਕੁਝ ਕੰਟਰੀਆਂ 1.5 ਮਹੀਨੇ ਦੇ ਦਿੰਦੀਆਂ ਗਲਫ ਦੀਆਂ ਕੰਟਰੀਆਂ ਦੀ ਮੈਂ ਗੱਲ ਕਰਨਾ ਸੋ ਉਹ ਤੁਹਾਨੂੰ ਦੱਸ ਦੇਣਗੇ ਕਿ ਇੰਨੇ ਟਾਈਮ ਦੇ ਵਿੱਚ ਜਿਹੜਾ ਤੁਹਾਡਾ ਤੁਹਾਨੂੰ ਜਿਹੜਾ ਡਾਟਾ ਵੈਰੀਫਿਕੇਸ਼ਨ ਲੈਟਰ ਉਹ ਮਿਲ ਜੂਗਾ ਤੁਸੀਂ ਰਿਸੀਵ ਕਰ ਸਕਦੇ ਹੋ ਜਿਹੜੀ ਤੁਸੀਂ ਪੇ ਕਰਦੇ ਆ ਜਿਹੜਾ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਜਿੱਥੇ ਵੀ ਉਹ ਜਿਹੜਾ ਤੁਹਾਨੂੰ ਲਿੰਕ ਭੇਜਣਗੇ ਉੱਤੇ ਜਾ ਕੇ ਜਿਹੜੇ ਤੁਸੀਂ ਪੈਸੇ ਉਹਦੀ ਜਿਹੜੀ ਆ ਸਕਰੀਨਸ਼ਾਟ ਜਾਂ ਕੁਝ ਵੀ ਤੁਸੀਂ ਆਪਣੇ ਕੋਲ ਰੱਖ ਲਿਓ ਮਤਲਬ ਉਦਾਂ ਵੀ ਇੱਕ ਜਿਹੜਾ ਵਾ ਸਲਿੱਪ ਜੀ ਆ ਜਾਂਦੀ ਆ ਜਿਸ ਨੂੰ ਤੁਸੀਂ ਮੇਲ ਕਰਦੇ ਆ ਉਹ ਵਾਪਸ ਤੁਹਾਨੂੰ ਭੇਜ ਦਿੰਦੇ ਆ ਤੇ ਕੋਸ਼ਿਸ਼ ਕਰੋ ਕਿ ਉਹ ਜਦੋਂ ਕਨਫਰਮ ਹੋ ਜਾਂਦਾ ਜਦੋਂ ਡਨ ਹੋ ਜਾਂਦੀ ਤੁਹਾਡੀ ਪੇਮੈਂਟ ਹਨਾ ਉਹਦੇ ਤੇ ਜਾ ਕੇ ਤੇ ਜਦੋਂ ਅਪਰੂਵ ਹੋ ਜਾਂਦਾ ਤੇ ਅਪਰੂਵ ਦਾ ਸਕਰੀਨਸ਼ਾਟ ਮਾਰ ਲਿਓ ਉਹ ਤੁਹਾਡੇ ਕੋਲ ਪ੍ਰੂਫ ਹੁੰਦਾ ਆਦਰਵਾਇਜ਼ ਉਹ ਕਰ ਦਿੰਦੇ ਆ ਸਾਰਾ ਕੁਝ ਉਹ ਉਧਰੋਂ ਵੀ ਉਹ ਮੇਲ ਦਾ ਰਿਪਲਾਈ ਕਰ ਦਿੰਦੇ ਆ ਉਹ ਰੱਖ ਲਿਓ ਉਹ ਤੋਂ ਰੱਖਣ ਤੋਂ ਬਾਅਦ ਚ ਫਿਰ ਡਾਟਾ ਕ੍ਰਿਫੀਸ਼ਨ ਲੈਟਰ ਦਾ ਪ੍ਰੋਸੈਸ ਜਿਹੜਾ ਸਟਾਰਟ ਹੋਏਗਾ ਨਾ ਉਹਦੇ ਵਿੱਚ ਇਹ ਹੁੰਦਾ ਕਿ 사우ਦੀ ਦੀ ਜਿਹੜੀ ਐਮਬੈਸੀ ਉਹਨਾਂ ਨੇ ਚੈੱਕ ਕਰਨਾ ਤੁਹਾਡਾ ਲਾਇਸੈਂਸ ਕਿ ਜਿਹੜਾ 사우ਦੀ ਦਾ ਲਾਇਸੈਂਸ ਆ ਇਹ ਵੈਲਿਡ ਆ ਇਥੇ ਜੈਨੂਇਨ ਤਰੀਕੇ ਨਾਲ ਇਹ ਬੰਦੇ ਨੇ ਬਣਾਇਆ ਸੀ ਜੈਨੂਅਰੀ ਕੰਮ ਕੀਤਾ ਸੀ ਉਹਦੇ ਤੇ ਰਿਪੋਰਟ ਦਾ ਮਤਲਬ ਲਾਇਸੈਂਸ ਕੈਨਸਲ ਦਾ ਕੋਈ ਇਸ਼ੂ ਨਹੀਂ ਹੈਗਾ ਉਹ ਚੀਜ਼ਾਂ ਉਹ ਵੈਰੀਫਿਕੇਸ਼ਨ ਕਰਦੇ ਆ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਜਦੋਂ ਕਲੀਅਰ ਹੋ ਜਾਂਦਾ ਵੀ ਮੋਸਟਲੀ ਜਿਸ ਬੰਦੇ ਨੇ ਕਲੀਅਰ ਕੰਮ ਕੀਤਾ ਸਾਰਾ ਕੁਝ ਓਕੇ ਆ ਉਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਉਹ ਫਿਰ ਤੁਹਾਨੂੰ ਰਿਪਲਾਈ ਕਰਨਗੇ ਕਿ ਜਿਹੜਾ ਤੁਹਾਡਾ ਲੈਟਰ ਡਾਟਾ ਵੈਰੀਫਿਕੇਸ਼ਨ ਲੈਟਰ ਉਹ ਜਾਂ ਤਾਂ ਉਹ ਤੁਹਾਨੂੰ ਕੁਰੀਰ ਕਰ ਦੇਣਗੇ ਜੇ ਤੁਸੀਂ ਚਾਹੁੰਦੇ ਹੋ ਨਹੀਂ ਤੇ ਤੁਸੀਂ ਜਾ ਕੇ ਜਿਹੜੀ ਐਂਬੈਸੀ ਉੱਥੋਂ ਲੈ ਸਕਦੇ ਆ ਉਹ ਤੁਹਾਨੂੰ ਸਾਰਾ ਕਲੀਅਰ ਕਰ ਦਿੰਦੇ ਆ ਮੇਲ ਦੇ ਵਿੱਚ ਜਿਹੜੀ ਉਹਨਾਂ ਨੇ ਵਾਪਸ ਤੁਹਾਨੂੰ ਮੇਲ ਕਰਨੀ ਆ ਜਿਹੜਾ ਤੁਸੀਂ ਪੇ ਕਰ ਦੇਣਾ ਉਹ ਹੋ ਗਿਆ ਦੂਜੇ ਨੰਬਰ ਤੇ ਜਿਹੜਾ ਹੁੰਦਾ ਮੈਡੀਕਲ ਇਹਦੇ ਵਾਸਤੇ ਚਾਹੀਦਾ ਹੁੰਦਾ ਮੈਡੀਕਲ ਤੁਹਾਡਾ ਫਿਜ਼ੀਕਲ ਫਿਟ ਜੇ ਤੁਸੀਂ ਹੈਗੇ ਆ ਉਹਦੇ ਵਾਸਤੇ ਤੁਹਾਡਾ ਮੈਡੀਕਲ ਚਾਹੀਦਾ ਹੁੰਦਾ ਮੈਡੀਕਲ ਵਾਸਤੇ ਜਿੱਦਾਂ ਮੰਨ ਲਓ ਹੁਣ ਇੱਥੇ ਜਿਹੜੀਆਂ ਲੈਬਾਰਟਰੀਆਂ ਆ ਤੁਸੀਂ ਡਾਇਰੈਕਟ ਨਹੀਂ ਜਾ ਸਕਦੇ ਜੇ ਡਾਇਰੈਕਟ ਜਾਓਗੇ ਤੁਹਾਨੂੰ ਜਿਹੜਾ ਮੈਡੀਕਲ ਲੈਂਦੇ ਜਾਣਗੇ ਤੁਸੀਂ ਕੀ ਕਰਨਾ ਵਾ ਤੁਸੀਂ ਆਪਣੇ ਫੈਮਿਲੀ ਡਾਕਟਰ ਕੋ ਜਾਣਾ ਜਿਹੜਾ ਜਦੋਂ ਤੁਸੀਂ ਆਉਂਦੇ ਆ ਨਾ ਕਿ ਕਿਸੇ ਵੀ ਕੰਟਰੀ ਤੋਂ ਇੰਡੀਆ ਪਾਕਿਸਤਾਨ ਬੰਗਲਾਦੇਸ਼ ਕਿਸੇ ਵੀ ਕੰਟਰੀ ਤੋਂ ਤੁਸੀਂ ਆਉਂਦੇ ਆ ਇੱਥੇ ਆ ਕੇ ਜਦੋਂ ਤੁਸੀਂ ਬਿਮਾਰ ਮੂਰ ਹੋ ਜਾਂਦੇ ਹੋ ਕੰਪਨੀ ਦੇ ਵਿੱਚ ਤੇ ਕੰਪਨੀ ਤੁਹਾਨੂੰ ਕਿਸੇ ਹਸਪੀਟਲ ਭੇਜਦੀ ਆ ਮਤਲਬ ਤੁਹਾਡੇ ਏਰੀਆ ਦਾ ਤੁਹਾਡੀ ਸਟਰੀਟ ਦਾ ਜਿਹੜੇ ਤੁਹਾਡੀ ਰੈਸ਼ ਆ ਉਹ ਰੈਸ਼ ਦੇ ਵਿੱਚ ਇੱਕ ਹਸਪੀਟਲ ਹੁੰਦਾ ਉੱਥੇ ਤੁਹਾਨੂੰ ਭੇਜਦੇ ਆ ਕਿ ਤੁਸੀਂ ਇਸ ਹਸਪੀਟਲ ਜਾਣਾ ਉਸ ਹਸਪੀਟਲ ਤੁਸੀਂ ਜਾ ਕੇ ਉਹਨਾਂ ਨੂੰ ਕਹਿਣਾ ਕਿ ਮੈਂ ਡਰਾਈਵਿੰਗ ਵਾਸਤੇ ਜਿਹੜਾ ਵਾ ਮੈਨੂੰ ਮੈਡੀਕਲ ਚਾਹੀਦਾ ਤੇ ਮੈਨੂੰ ਰੈਫਰ ਕਰ ਦੇ ਉਹ ਕੀ ਕਰਨਗੇ ਉਹਦਾ ਨਾਰਮਲੀ ਜੇ ਇਮੀਗ੍ਰੇਸ਼ਨ ਦੇ ਵਾਸਤੇ ਜਿਹੜਾ ਤੁਸੀਂ ਜਦੋਂ ਤੁਸੀਂ ਡੀਆਰਸੀ ਕਾਰਡ ਅਪਲਾਈ ਕਰਨਾ ਤੇ ਉਹ ਡਾਕਟਰ ਲਿਖ ਕੇ ਦੇ ਦਿੰਦੇ ਆਪਣੇ ਸਲਿੱਪ ਦੇ ਉੱਤੇ ਇਮੀਗ੍ਰੇਸ਼ਨ ਦਾ ਜਿਹੜਾ ਵਾ ਮੈਡੀਕਲ ਉਹ ਮੈਡੀਕਲ ਦੇ ਵਿੱਚ ਟੈਸਟ ਨਹੀਂ ਕੋਈ ਹੁੰਦਾ ਹੈਗਾ ਬੋਡੀ ਦਾ ਦਾ ਉਹ ਜਸਟ ਇੱਕ ਪੇਪਰ ਹੁੰਦਾ ਲਿਖ ਕੇ ਦੇ ਦਿੰਦੇ ਬਟ ਇਸ ਕੇਸ ਵਿੱਚ ਜਿਹੜਾ ਟੈਸਟ ਹੋਣਾ ਵਾ ਤੁਹਾਡਾ ਬਲੱਡ ਦਾ ਟੈਸਟ ਹੋਣਾ ਵਾ ਅੱਖਾਂ ਦਾ ਟੈਸਟ ਹੋਣਾ ਪੂਰੀ ਤੁਹਾਡੀ ਬੋਡੀ ਦਾ ਜਿਹੜਾ ਚੈੱਕਅਪ ਹੋਣਾ ਵਾ 150 ਤੋਂ 200 ਤੱਕ ਦਾ ਜਿਹੜਾ ਖਰਚਾ ਵਾ 160 ਕ ਲਈ ਲੈਂਦੇ ਆ ਸ਼ਾਇਦ ਇਥੇ ਸਾਡੇ ਜਿਹੜੇ ਉਸ ਟੈਸਟ ਦਾ ਤੇ ਬਾਕੀ ਸਿਟੀਆਂ ਦੇ ਡਾਕਟਰ ਕੋ ਜੋ ਤੁਸੀਂ ਆਪਣੇ ਫੈਮਿਲੀ ਡਾਕਟਰ ਕੋ ਜਾਓਗੇ ਉਹ ਤੁਹਾਨੂੰ ਇੱਕ ਪੇਪਰ ਦੇਊਗਾ ਕਿ ਉਹ ਰੈਫਰ ਕਰ ਦੋ ਕਿ ਫਲਾਣੀ ਖਾਣੀ ਜਿਹੜੀ ਆ ਲੈਬਾਰਟਰੀ ਆ ਜਾਂ ਫਲਾਣਾ ਹਸਪੀਟਲ ਉੱਥੇ ਜਾ ਕੇ ਆਪਣਾ ਟੈਸਟ ਕਰਾ ਲਓ ਵੀ ਤੁਸੀਂ ਉੱਥੇ ਕਰਨਾ ਹੁੰਦਾ ਜਾਂ ਫਿਰ ਡਾਕਟਰ ਇੱਕ ਲਿਖ ਕੇ ਦੇ ਦਿੰਦੇ ਕਿ ਤੁਸੀਂ ਕਿਸੇ ਵੀ ਜਿਹੜਾ ਵਾ ਜਿਹੜੀ ਲੈਬਾਰਟਰੀ ਉੱਥੇ ਜਾ ਕੇ ਟੈਸਟ ਕਰਾ ਸਕਦੇ ਹੋ ਉਹ ਲਿਖ ਦਿੰਦੇ ਆ ਡਾਕਟਰ ਨੂੰ ਸਾਰਾ ਪਤਾ ਹੁੰਦਾ ਤੇ ਜੇ ਤੁਹਾਨੂੰ ਨਾਂ ਪਤਾ ਲੱਗੇ ਜੀ ਉਹ ਕਹਿੰਨ ਵੀ ਕਿਸੇ ਤੇ ਵੀ ਕਰਾ ਲਓ ਫਿਰ ਤੁਸੀਂ ਉਹਨਾਂ ਨੂੰ ਵੀ ਪੁੱਛ ਸਕਦੇ ਕਿ ਮੈਨੂੰ ਦੱਸ ਦਿਓ ਕਿ ਕਿਹੜੀ ਵਧੀਆ ਵਾ ਜਾਂ ਕਿੱਥੇ ਮਤਲਬ ਹੈਗੀ ਲੈਬਾਰਟਰੀ ਤੁਹਾਨੂੰ ਦੱਸ ਦੇਣਗੇ ਲੋਕੇਸ਼ਨ ਸਾਰ ਕੋਈ ਤੇਲੇ ਵਧੀਆ ਵਾ ਸਾਰੇ ਡਾਕਟਰ ਇੱਥੇ ਉੱਥੇ ਜਾਣ ਤੋਂ ਬਾਅਦ ਟੈਸਟ ਕਰਾਉਣਾ ਵਾ ਟੈਸਟ ਜਿਹੜਾ ਵਾ ਉਹ ਜਿਹੜਾ ਤੁਹਾਡਾ ਟੈਸਟ ਹੋਣਾ ਵਾ ਉਸ ਟੈਸਟ ਦਾ ਜਿਹੜਾ ਵਾ ਤੁਸੀਂ ਰਿਪੋਰਟ ਜਿਹੜੀ ਤੁਹਾਡੀ ਆ ਜਾਣੀ ਆ ਉਹ ਰੱਖਣੀ ਨਾਲ ਉਹ ਰੱਖਣ ਤੋਂ ਬਾਅਦ ਫਿਰ ਤੁਸੀਂ ਜਿਹੜਾ ਜਦੋਂ ਤੁਹਾਡਾ ਡਾਟਾ ਵੈਰੀਫਿਕੇਸ਼ਨ ਲੈਟਰ ਆ ਜਿਹੜਾ ਜਦੋਂ ਉਧਰੋਂ ਐਮਬੈਸੀ ਤੋਂ ਆ ਗਿਆ ਠੀਕ ਆ ਤੇ ਉਹ ਆਉਣ ਤੋਂ ਬਾਅਦ ਨਾਲ ਤੁਹਾਡਾ 사우ਦੀ ਦਾ ਲਾਇਸੈਂਸ ਤੇ ਉਹ ਲੈਟਰ ਇਹਨਾਂ ਦੋਵਾਂ ਚੀਜ਼ਾਂ ਨੂੰ ਤੁਸੀਂ ਜਿਹੜਾ ਵਾ ਟਰਾਂਸਲੇਟ ਕਰਾਉਣਾ ਨੋਟਰੀ ਤੋਂ ਇਹ ਤੇ ਜਿਹੜੀਆਂ ਨੋਟਰੀਆਂ ਆ ਉਹਨੂੰ ਟ੍ਰੇਜਰੀ ਇਦਾਂ ਕੁਝ ਕਹਿੰਦੇ ਆ ਤੇ ਤੁਸੀਂ ਆਪਣੀ ਸਿਟੀ ਵਿੱਚ ਈਜ਼ੀਲੀ ਲੱਭ ਸਕਦੇ ਆ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਨੋਟਰੀ ਕਿੱਥੇ ਆ ਜਾਂ ਕਿੱਦਾਂ ਆ ਤੁਸੀਂ ਮੈਨੂੰ ਇੱਕ ਮੈਸੇਜ ਕਰ ਲਿਓ ਇੰਸਟਾਗ੍ਰam ਜਾਂ ਫੇਸਬੁੱਕ ਤੇ ਠੀਕ ਆ ਤੇ ਮੈਂ ਤੁਹਾਨੂੰ ਦੱਸ ਦਊਂਗਾ ਤੁਹਾਡੀ ਸਿਟੀ ਦੇ ਵਿੱਚ ਕਿੱਥੇ ਆ ਮਤਲਬ ਹਰ ਸਿਟੀ ਦੇ ਵਿੱਚ ਜਿਹੜੀਆਂ ਆ ਇਹ ਬਹੁਤ ਸਾਰੀਆਂ ਆ ਜਿੱਥੇ ਤੁਹਾਡੇ ਡਾਕੂਮੈਂਟਸ ਟ੍ਰਾਂਸਲੇਟ ਹੁੰਦੇ ਆ ਤੇ ਟੈਸਟਡ ਹੁੰਦੇ ਆ ਉਹ ਕੀ ਕਰਨਗੇ ਉਹ ਤੁਹਾਡੇ ਦੋਨੋਂ ਡਾਕੂਮੈਂਟ ਤੁਹਾਡਾ ਸਾਊਦੀ ਦਾ ਲਾਇਸੈਂਸ ਤੇ ਫਿਰ ਉਹ ਡਾਟਾ ਵੈਰੀਫਿਕੇਸ਼ਨ ਲੈਟਰ ਇਨ ਨੂੰ ਟ੍ਰਾਂਸਲੇਟ ਕਰ ਦੇਣਗੇ ਤੇ ਨੋਟਰੀ ਟੈਸਟ ਕਰ ਦੇਣਗੇ ਨੋਟਰੀ ਟੈਸਟ ਕਰਨ ਤੋਂ ਬਾਅਦ ਤੁਸੀ ਟ੍ਰੈਫਿਕ ਪੁਲਿਸ ਵਿੱਚ ਜਾਣਾ ਹੁੰਦਾ ਵਾ ਜਿਹੜੀ ਇੱਥੇ ਟ੍ਰੈਫਿਕ ਪੁਲਿਸ ਦਾ ਆਫੀਸਾ ਸਾਡੇ ਇੱਥੇ ਮੇਰੇ ਨੇੜੇ ਹੀ ਹੈ 1 ਕਿਲੋਮੀਟਰ ਤੇ ਮੇਰੇ ਨੇੜੇ ਹੀ ਆ ਟ੍ਰੈਫਿਕ ਪੁਲਿਸ ਦਾ ਜਿਹੜਾ ਆਫੀਸਾ ਉੱਥੇ ਜਾਣਾ ਹੁੰਦਾ ਉਹਦੀ ਜਿਹੜੀ ਅਪਾਇੰਟਮੈਂਟ ਲੈਣੀ ਪੈਂਦੀ ਆ ਪਹਿਲਾਂ ਸੀਗਾ ਕਿ ਉਦਾਂ ਹੀ ਤੁਸੀਂ ਜਾ ਸਕਦੇ ਸੀ ਅੱਜ ਤੋਂ ਸਾਲ ਲੀਡ ਸਾਲ ਪਹਿਲਾਂ ਬਟ ਹੁਣ ਇਦਾਂ ਨਹੀਂ ਹੈਗਾ ਹੁਣ ਤੁਸੀਂ ਜਿਹੜਾ ਵਾ ਉਹਦੀ ਅਪਾਇੰਟਮੈਂਟ ਲੈਣੀ ਆ ਅਪਾਇੰਟਮੈਂਟ ਲੈਣ ਵਾਸਤੇ ਜੇ ਕਿਸੇ ਨੂੰ ਅਪਾਇੰਟਮੈਂਟ ਲੈਣੀ ਹੈ ਤੁਸੀਂ ਕੰਟੈਕਟ ਕਰ ਸਕਦੇ ਮੈਨੂੰ ਨਹੀਂ ਤੇ ਫਿਰ ਤੁਸੀਂ ਤੁਹਾਡਾ ਸੌਖਾ ਤਰੀਕਾ ਦੱਸ ਸਕਦਾ ਦੱਸ ਦਿੰਦਾ ਮੈਂ ਜਿਸ ਬੰਦੇ ਕੋਲ ਤੁਸੀਂ ਟੈਸਟਡ ਕਰਾਉਂਗੇ ਨਾ ਡਾਕੂਮੈਂਟ ਉਹਨਾਂ ਨੂੰ ਤੁਸੀਂ ਕਹਿ ਦੇਣਾ ਕਿ ਮੈਨੂੰ ਅਪਾਇੰਟਮੈਂਟ ਜੇ ਤੁਸੀਂ ਲੈ ਕੇ ਦੇ ਸਕਦੇ ਤੇ ਮੈਂ ਹੈਲਪ ਕਰ ਸਕਦੇ ਕਰ ਦਿਓ ਟ੍ਰੈਫਿਕ ਪੁਲਿਸ ਜਿਹੜਾ ਆਫਿਸ ਆ ਉਹਦੀ ਕਿਉਂਕਿ ਮੈਂ ਇਹ ਡੇ ਡਾਕੂਮੈਂਟ ਸਬਮਿਟ ਕਰਨੇ ਮੈਂ ਲਾਇਸੈਂਸ ਚੇਂਜ ਕਰਵਾਉਣਾ ਉਹਨਾਂ ਨੂੰ ਸਾਰਾ ਬਤਾਉਂਦਾ ਉਹ ਕੀ ਕਰਦੇ ਆ ਉਹ ਤੁਹਾਨੂੰ ਅਪਾਇੰਟਮੈਂਟ ਉੱਥੇ ਜਿਹੜੀ ਆ ਲੈ ਦੇਣਗੇ ਉੱਥੇ ਦੀ ਜਿਸ ਦਿਨ ਦੀ ਤੁਹਾਡੀ ਅਪਾਇੰਟਮੈਂ ਉਹਦੇ ਵਿੱਚ ਇੱਕ ਤਾਂ ਤੁਹਾਡਾ ਸਬਦੀ ਦਾ ਲਾਇਸੈਂਸ ਜਿਹੜਾ ਉਹਦੀ ਕਾਪੀ ਠੀਕ ਆ ਟਰਾਂਸਲੇਟ ਹੋਈ ਜਿਹੜੀ ਆ ਫਿਰ ਉਸ ਤੋਂ ਬਾਅਦ ਜਿਹੜਾ ਡਾਟਾ ਵੈਰੀਫਿਕੇਸ਼ਨ ਲੈਟਰ ਜਿਹੜਾ ਤੁਹਾਨੂੰ ਸਾਊਦੀ ਦੀ ਐਮਬੈਸੀ ਜਿਹੜੀ ਇੱਥੇ ਆ ਜਿਹੜੇ ਉਹਨਾਂ ਨੇ ਤੁਹਾਨੂੰ ਭੇਜਿਆ ਸੀਗਾ ਉਹ ਚਾਹੀਦਾ ਵਾ ਤੁਹਾਡਾ ਪਾਸਪੋਰਟ ਚਾਹੀਦਾ ਵਾ ਜਿਹੜਾ ਤੁਹਾਡਾ ਇੰਡੀਅਨ ਪਾਸਪੋਰਟ ਜਾਂ ਕਿਸੇ ਵੀ ਕੰਟਰੀ ਦਾ ਪਾਸਪੋਰਟ ਉਹ ਚਾਹੀਦਾ ਵਾ ਟੀਆਰਸੀ ਗਾਰਡ ਰਮਾਨੀਆ ਦਾ ਜਿਹੜਾ ਵੈਲਿਡ ਹੋਵੇ ਚਾਹੀਦਾ ਤੇ ਤੁਹਾਡਾ ਜਿਹੜਾ ਵਾ ਮੈਡੀਕਲ ਆ ਜਿਹੜਾ ਤੁਸੀਂ ਕਰਵਾਇਆ ਸੀ ਉਹ ਚਾਹੀਦਾ ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਜਿਹੜੇ ਉਸ ਆਫਿਸ ਜਾਣਾ ਜਿਸ ਦਿਨ ਉਸ ਦਿਨ ਉੱਥੇ ਜਾ ਕੇ ਜੇ ਤਾਂ ਤੁਹਾਨੂੰ ਰਮੇਨ ਨਹੀਂ ਆਉਂਦੀ ਤਾਂ ਬਹੁਤ ਵਧੀਆ ਕਿਉਂਕਿ ਇੱਧਰ ਮੋਸਟਲੀ ਸਟਾਫ ਦੇ ਵਿੱਚ ਕੁਝ ਬੰਦੇ ਆ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਜਿਹਦਾ ਨਹੀਂ ਤੇ ਨਹੀਂ ਆਉਂਦੀ ਹੈਗੀ ਜੇ ਤੁਹਾਨੂੰ ਇੰਗਲਿਸ਼ ਆਉਂਦੀ ਆ ਤਾਂ ਫਿਰ ਸਹੀ ਹੈ ਹਨਾ ਇੰਗਲਿਸ਼ ਜਰਮਨियन ਦੋਵਾਂ ਚੋਂ ਇੱਕ ਤਾਂ ਆਉਣੀ ਚਾਹੀਦੀ ਆ ਉੱਥੇ ਜਾ ਕੇ ਤੁਸੀਂ ਗੱਲ ਕਰਨੀ ਆ ਹਨਾ ਵੀ ਮੇਰੀ ਇਸ ਚੀਜ਼ ਦੀ ਅਪਾਇੰਟਮੈਂਟ ਆ ਮੈਂ ਹਾਂ ਲਾਇਸੈਂਸ ਚੇਂਜ ਕਰਾਉਣਾ ਉਹ ਸਾਰੇ ਤੁਹਾਡੇ ਡਾਕੂਮੈਂਟ ਦੇਖਣਗੇ ਚੈੱਕ ਕਰਨਗੇ ਤੁਹਾਡੇ ਡਾਕੂਮੈਂਟ ਜੇ ਕਲੀਅਰ ਆ ਸਾਰੇ ਓਕੇ ਆ ਸਾਰੇ ਇੱਕ ਉਹਦੀ ਫੀਸ ਹੁੰਦੀ ਆ ਉਹ ਫੀਸ ਜਦੋਂ ਤੁਸੀਂ ਅਪਾਇੰਟਮੈਂਟ ਲੈਣੀ ਆ ਨਾ ਉਦੋਂ ਉਦੋਂ ਹੀ ਭਰ ਹੋ ਜਾਣੀ ਆ 100 ਕੁ ਲੈ ਦੇ ਜਿਹੜੀ ਸਮਥਿੰਗ ਫੀਸ ਹੁੰਦੀ ਆ ਟ੍ਰੈਫਿਕ ਪੁਲਿਸ ਦੀ ਜ਼ਿਆਦਾ ਨਹੀਂ ਹੁੰਦੀ ਉਹ ਉਦੋਂ ਹੀ ਉਹਨਾਂ ਨੇ ਮਤਲਬ ਭਰ ਦੇਣੀ ਆ ਜੇ ਸਬੰਧ ਦੇ ਕੋਲ ਤੁਸੀਂ ਅਪਾਇੰਟਮੈਂਟ ਲਓਗੇ ਉਹ ਫੀਸ ਭਰਨ ਤੋਂ ਬਾਅਦ ਚ ਸਾਰੀਆਂ ਸਲਿੱਪਾਂ ਤੁਹਾਡੇ ਕੋਲ ਸਾਰੇ ਡਾਕੂਮੈਂਟ ਤੁਹਾਡੇ ਕੋਲ ਹੋਣੇ ਆ ਤੁਸੀਂ ਜਿਹੜੀ ਫਾਈਲ ਲੈ ਕੇ ਜਾਣੀ ਆ ਉੱਥੇ ਤੁਸੀਂ ਚਾਹੇ ਕਲਿਜ ਚਾਹੇ ਬੁੱਕਰੈਸਟ ਵਿੱਚ ਆ ਬੁੱਕਰੈਸਟ ਵਿੱਚ ਤਾਂ ਕਾਫੀ ਟ੍ਰੈਫਿਕ ਪੁਲਿਸ ਦੇ ਆਫਿਸ ਹੋਣੇ ਆ ਕੁਝ ਵੀ ਚ ਵੀ ਹੋਣਾ ਕੁਝ ਵੀ ਕਾਫੀ ਵੱਡਾ ਵਾ ਸਾਡੇ ਬਰਸ਼ ਵਿੱਚ ਵੀ ਹੈਗੇ ਆ ਮਤਲਬ ਜਿਹੜੀ ਵੀ ਤੁਸੀਂ ਸਿਟੀ ਜਾਂ ਜਿੱਦਾਂ ਤੁਸੀਂ ਸੀਬੀਓ ਦੇ ਵਿੱਚ ਰਹਿੰਦੇ ਆ ਤੁਸੀਂ ਪਲੇਸਟੇ ਵਿੱਚ ਰਹਿੰਦੇ ਆ ਤੁਸੀਂ ਕਿਤੇ ਵੀ ਰਹਿੰਦੇ ਆ ਨਾ ਮਤਲਬ ਰਮਾਨੀਆ ਦੇ ਵਿੱਚ ਕਿਸੇ ਵੀ ਸਿਟੀ ਜੇ ਤੁਸੀਂ ਆਜਾਸ਼ ਰਹਿੰਦੇ ਆ ਤੇ ਉੱਥੇ ਟ੍ਰੈਫਿਕ ਪੁਲਿਸ ਦੇ ਆਫਿਸ ਹੋਣੇ ਆ ਤੁਹਾਡੇ ਨੇੜੇ ਤੇ ਜਿੱਥੇ ਵੀ ਮਤਲਬ ਉਹ ਤੁਹਾਡਾ ਅਪਾਇੰਟਮੈਂਟ ਦੇਣਗੇ ਨਾ ਜਿਹੜਾ ਬੰਦਾ ਉਹ ਤੁਹਾਨੂੰ ਐਡਰੈਸ ਦੇ ਦੇਗਾ ਕਿ ਤੂੰ ਇਸ ਆਫਿਸ ਦੇ ਵਿੱਚ ਇਸ ਤਰੀਕ ਨੂੰ ਇੰਨੇ ਵਜੇ ਜਾਣਾ ਤੁਸੀਂ ਉੱਥੇ ਜਾ ਕੇ ਆਪਣੀ ਫਾਈਲ ਦੇਣੀ ਆ ਫਾਈਲ ਦੇਣ ਤੋਂ ਬਾਅਦ ਉਹ ਤੁਹਾਨੂੰ ਫਿਰ ਤੁਹਾਨੂੰ ਪੁੱਛਣਗੇ ਕਿ ਕਿਹੜੀ ਮਤਲਬ ਕਿਹੜੀ ਚੀਜ਼ ਦਾ ਲਾਇਸੈਂਸ ਕਿਉਂਕਿ ਇੱਥੇ ਲਾਇਸੈਂਸ ਦਾ ਡਿਫਰੈਂਟ ਤਰੀਕਾ ਵਾ ਇੱਥੇ ਜੇ ਤੁਹਾਡੇ ਕੋਲ ਹੁਣ ਜਿਹੜਾ ਸਾਊਦੀ ਦੇ ਵਿੱਚ ਬੰਦਾ ਜਿਹੜਾ ਟਰੱਕ ਦਾ ਜਿਸ ਬੰਦੇ ਕੋਲ ਲਾਇਸੈਂਸ ਆ 18 ਟੈਲੀ ਚਲਾਉਂਦਾ 22 ਟੈਲੀ ਚਲਾਉਂਦਾ ਇੱਥੇ ਉਹ ਮਤਲਬ ਚੇਂਜ ਹੋ ਜਾਂਦਾ ਵਾ ਇੱਥੇ ਜੇ ਤੁਸੀਂ ਟਰੱਕ ਦਾ ਲਾਇਸੈਂਸ ਲੈ ਕੇ ਟਰੱਕ ਚਲਾਉਣਾ ਵਾ ਲਾਇਸੈਂਸ ਤੁਹਾਡੇ ਕੋਲ ਵੱਡੀ ਗੱਲ ਨਹੀਂ ਹੈਗੇ ਲਾਇਸੈਂਸ ਤੁਹਾਡੇ ਕੋਲ ਇੱਕ ਬੰਦੇ ਦਾ ਜਿਹੜਾ ਵਾ ਟੈਸਟਡ ਟੈਸਟ ਹੁੰਦਾ ਬੰਦੇ ਦੇ ਦਿਮਾਗ ਦਾ ਸਾਰਾ ਜਦੋਂ ਉਹ ਟੈਸਟ ਪਾਸ ਹੁੰਦਾ ਉਦੋਂ ਬਾਅਦ ਬੰਦੇ ਨੂੰ ਅਥਾਰਟੀ ਮਿਲਦੀ ਹੈ ਲ ਸੋ ਲੱਗਣ ਵਾਲੇ ਵੀਡੀਓ ਆ ਉਹ ਜੋ ਮੈਂ ਕਿਸੇ ਨੈਕਸਟ ਵੀਡੀਓ ਕਨ ਮੈਂ ਦੱਸ ਦਊਗਾ ਤੇ ਇਹ ਜਿਹੜਾ ਪ੍ਰੋਸੈਸ ਆ ਇਹ ਪ੍ਰੋਸੈਸ ਦਾ ਜਿਹੜਾ ਵਾ ਹੁਣ ਟਾਈਮ ਜਿਹੜਾ ਇਸ ਟਾਈਮ ਲੱਗਣ ਗਿਆ 10 ਤੋਂ 15 ਦਿਨ ਜਿਹੜੇ ਲੱਗਦੇ ਆ ਲਾਇਸੈਂਸ ਚੇਂਜ ਤੇ ਉਹ ਤੁਹਾਨੂੰ ਪੁੱਛਣਗੇ ਵੀ ਤੁਸੀਂ ਕਿਤੇ ਕਿਹੜਾ ਲਾਇਸੈਂਸ ਚਲਾਉਂਦੇ ਟਰੱਕ ਚਲਾਉਂਦੇ ਕਿਹੜਾ ਸਾਧਨ ਚਲਾਉਂਦੇ ਸੀਗੇ ਬਾਕੀ ਉਹ ਲਾਇਸੈਂਸ ਤੇ ਦੇਖ ਲੈਣਗੇ ਉਹ ਫਿਰ ਤੁਹਾਨੂੰ ਇੱਕ ਟਾਈਮ ਦੇ ਦੇਣਗੇ ਕਿ ਐਸ ਟਾਈਮ ਜਾਂ ਮਤਲਬ ਇੰਨੇ ਦਿਨ ਬਾਅਦ ਤੁਸੀਂ ਆ ਕੇ ਆਪਣਾ ਲਾਇਸੈਂਸ ਲੈ ਜਿਓ ਨਹੀਂ ਤੇ ਤੁਹਾਨੂੰ ਅਸੀਂ ਕੂਰੀਅਰ ਵੀ ਕਰ ਦੇਾਂਗੇ ਟੀਐਸਐਲ ਜੋ ਵੀ ਕੂਰੀਅਰ ਉਹ ਕਰਨ ਕਰਨਗੇ ਉਹ ਕਰ ਦੇਣ ਉਹ ਤੁਹਾਡੇ ਐਡਰੈਸ ਤੇ ਕਰ ਦੇਣਗੇ ਜਾਂ ਤਾਂ ਜੇ ਤੁਹਾਡੀ ਕੰਪਨੀ ਦਾ ਐਡਰੈਸ ਆ ਤੇ ਤੁਸੀਂ ਕੰਪਨੀ ਦੇ ਐਡਰੈਸ ਤੇ ਕਰਾ ਸਕਦੇ ਹੁਣ ਜਿੱਦਾਂ ਮੰਨ ਲਓ ਕੁਝ ਬੰਦੇ ਇਦਾਂ ਦੇ ਪਰਸਨਲ ਰਹਿੰਦੇ ਆ ਮਤਲਬ ਉਹਨਾਂ ਦਾ ਐਡਰੈਸ ਕੁਝ ਮਤਲਬ ਰਹਿائش ਕਿਤੇ ਹੋਰ ਆ ਤੇ ਕੰਪਨੀ ਦਾ ਜਿਹੜਾ ਵਾ ਹੈੱਡ ਆਫਿਸ ਹੋਰ ਕਿਤੇ ਹੋਰ ਆ ਉਹ ਮਤਲਬ ਡਿਫਰੈਂਟ ਜਾ ਹੋ ਜਾਂਦਾ ਵਾ ਤੇ ਉਹ ਕਈ ਵਾਰੀ ਕਹਿ ਦਿੰਦੇ ਆ ਕਿ ਅਸੀਂ ਤੁਹਾਡੇ ਜਿਹੜਾ ਤੁਹਾਡਾ TCR ਕਾਰਡ ਮਗਰ ਐਡਰੈਸ ਉੱਥੇ ਅਸੀਂ ਸੈਂਡ ਕਰ ਦੇਵਾਂਗੇ ਲਾਇਸੈਂਸ ਜਾਂ ਫਿਰ ਤੁਸੀਂ ਖੁਦ ਵੀ ਕਹਿ ਸਕਦੇ ਕਿ ਨਹੀਂ ਮੇਰੀ ਰਹਿائش ਇੱਥੇ ਆ ਤੁਸੀਂ ਮੇਰੀ ਐਸ ਮੇਰੇ ਐਡਰੈਸ ਤੁਸੀਂ ਚੇਂਜ ਜਿਹੜਾ ਵਾ ਸੈਂਡ ਕਰ ਦਿਓ ਉਹਦੇ ਤੇ ਤੁਸੀਂ ਨੰਬਰ ਦੇ ਦੇਣਾ ਹੁੰਦਾ ਆਪਣਾ ਬਾਕੀ ਐਡਰੈਸ ਲਿਖਾ ਦੇਣਾ ਹੁੰਦਾ ਤੇ ਇੱਕ ਸੈਂ ਕੋਰੀਅਰ ਬਹੁਤ ਮਸ਼ਹੂਰ ਆ ਉਹ 24 ਘੰਟਿਆਂ ਦੇ ਵਿੱਚ ਆ ਜਾਂਦਾ ਉਹ ਤੁਹਾਨੂੰ ਜਿਹੜਾ ਵਾ ਲਾਇਸੈਂਸ ਜਿਹੜਾ ਤੁਹਾਨੂੰ ਮਿਲ ਜੂਗਾ ਸੋ ਇੱਕ ਸੌਖਾ ਤਰੀਕਾ ਲਾਇਸੈਂਸ ਚੇਂਜ ਕਰਾਉਣ ਦਾ ਬਾਕੀ ਜਿਹੜਾ ਡਾਟਾ ਵਗੈਰੇ ਪਿਛਲੇ ਲੈਟਰ ਜੇ ਉਹ ਕਿਸੇ ਨੇ ਕਢਵਾਉਣਾ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਬਾਕੀ ਤੁਹਾਨੂੰ ਪ੍ਰੋਸੈਸ ਦੱਸ ਹੀ ਦਿੱਤਾ ਵਾ ਸਿੰਪਲ ਪ੍ਰੋਸੈਸ ਸੋ ਤੁਸੀਂ ਨੂੰ ਇੱਕ ਮੇਲ ਲਿਖਣੀ ਆ ਉਹ ਚ ਸਾਰਾ ਕੁਝ ਮੈਂਸ਼ਨ ਕਰਨਾ ਵਾ ਆਪਣੇ ਪਾਸਪੋਰਟ ਦਾ ਨੰਬਰ ਲਾਈਸੈਂਸ ਵਗੈਰਾ ਲਾਈਸੈਂਸ ਦੀ ਕਾਪੀ ਜਿਹੜੀ ਨਾਲ ਲਾ ਦੇਣੀ ਆ ਪਾਸਪੋਰਟ ਦੀ ਕਾਪੀ ਨਾਲ ਲਾ ਦੇਣੀ ਆ ਟੀਆਰਸੀ ਕਾਰਡ ਦੀ ਕਾਪੀ ਜਿਹੜੀ ਨਾਲ ਲਾ ਦੇਣੀ ਮੇਲ ਦੇ ਵਿੱਚ ਉਹਨਾਂ ਨੇ ਤੁਹਾਨੂੰ ਕਲੀਅਰ ਦੱਸ ਦੇਣਾ ਵਾ ਜਵਾਬ ਦੇ ਦੇਣਾ ਵਾ ਫਿਰ ਇੱਕ ਇੱਕ ਤੋਂ ਲਿੰਕ ਭੇਜ ਦੇਣੇ ਆ ਵੈਬਸਾਈਟ ਤੇ ਜਿੱਥੇ ਤੁਸੀਂ ਆਪਣੀ ਨਾਰਮਲ ਫੀਸ ਪੇ ਕਰਨੀ ਹੈ ਤੋਂ ਇੱਕ ਸੌਖਾ ਤਰੀਕਾ ਵਾ ਠੀਕ ਆ ਕਿ ਲਾਈਸੈਂਸ ਤੁਸੀਂ ਕਿਦਾਂ ਚੇਂਜ ਕਰ ਸਕਦੇ ਆ ਰਮਾਨੀਆ ਦੇ ਵਿੱਚ ਜੇ ਤੁਹਾਡੇ ਕੋਲ ਗਲਫ ਦਾ ਲਾਈਸੈਂਸ ਆ ਤੁਹਾਡੇ ਕੋਲ ਦੁਬਈ ਦਾ ਲਾਈਸੈਂਸ ਆ ਤੁਹਾਡੇ ਕੋਲ ਉਤਲਾਵਾ ਜਿਹਦਾ ਕੋਹ ਦਾ ਕਤਰ ਦਾ ਮਾਸਕੜ ਦਾ ਮਤਲਬ ਕਿਸੇ ਵੀ ਕੰਟਰੀ ਦਾ ਜੇ ਲਾਈਸੈਂਸ ਆ ਕਿ ਉਹ ਕਿਦਾਂ ਚੇਂਜ ਕਰ ਸਕਦੇ ਆ ਸੋ ਇਹ ਸੀਗਾ ਇੱਕ ਸੌਖਾ ਜਿਹਾ ਪ੍ਰੋਸੈਸ ਇਹ ਲਾਇਸੈਂਸ ਚੇਂਜ ਕਰਾਉਣ ਵਾਸਤੇ ਤੁਸੀਂ ਆਹ ਪ੍ਰੋਸੈਸ ਜਿਹੜਾ ਕਰਨਾ ਹੁੰਦਾ इजीली ਜਿਹੜਾ ਤੁਸੀਂ ਲਾਇਸੈਂਸ ਚੇਂਜ ਕਰਾ ਕੇ ਗਲਤ ਦਾ ਲਾਇਸੈਂਸ ਤੇ ਇੱਥੇ ਦਾ ਲਾਇਸੈਂਸ ਲੈ ਸਕਦੇ ਆ 10 ਸਾਲ ਦਾ ਤੁਹਾਨੂੰ ਜਿਹੜਾ ਲਾਇਸੈਂਸ ਮਿਲ ਜਾਣਾ ਵਾ ਵਿਦਆਊਟ ਕਿਸੇ ਟੈਸਟ ਦੇ ਵਿਦਆਊਟ ਕਿਸੇ ਮਤਲਬ ਇਹਦਾ ਦਾ ਕੋਈ ਨਹੀਂ ਹੈਗਾ ਕਿ ਤੁਹਾਨੂੰ ਡਰਾਈਵਿੰਗ ਟੈਸਟ ਦੇਣਾ ਪਊਗਾ ਤੁਹਾਨੂੰ ਲਿਖਤੀ ਟੈਸਟ ਦੇਣਾ ਪਊਗਾ ਇਹਦਾ ਦਾ ਕੁਝ ਨਹੀਂ ਹੈ ਜਸਟ ਫਾਈਲ ਰੈਡੀ ਕਰਨੀ ਆ ਫਾਈਲ ਰੈਡੀ ਕਰਨ ਤੋਂ ਬਾਅਦ ਚ ਸਬਮਿਟ ਕਰਨੀ ਆ ਤੇ ਤੁਹਾਨੂੰ ਅਪਰੂਵ ਕਰਨ ਤੋਂ ਬਾਅਦ ਉਹਨਾਂ ਨੇ 10 ਤੋਂ 15 ਦਿਨ ਦੇ ਵਿੱਚ ਤੁਹਾਡਾ ਜਿਹੜਾ ਲਾਇਸੈਂਸ ਤੁਹਾਨੂੰ ਦੇ ਦੇਣਾ ਵਾ ਅਪਰੂਵ ਤਾਂ ਉਦੋਂ ਹੀ ਹੋ ਜਾਂਦਾ ਵਾ ਜਦੋਂ ਤੁਸੀਂ ਜਿਹੜਾ ਜੇ ਅੰਬੈਸੀ ਦੇ ਵਿੱਚ ਜਦੋਂ ਜਾਣਾ ਵਾ ਜਿਸ ਵੀ ਕੰਟਰੀ ਦਾ ਤੁਹਾਡੇ ਕੋਲ ਲਾਇਸੈਂਸ ਆ ਜੇ ਉਹਨੇ ਅਪਰੂਵ ਕਰਕੇ ਤੁਹਾਨੂੰ ਜਿਹੜੇ ਆ ਡਾਕੂਮੈਂਟ ਦੇ ਦਿੱਤੇ ਤਾਂ ਸਮਝ ਲਓ ਕਿ ਤੁਹਾਨੂੰ ਬਾਅਦ ਵਿੱਚ ਤੁਹਾਡਾ ਸੌਖਾ ਹੀ ਆ ਈਜ਼ੀ ਆ ਪ੍ਰੋਸੈਸਰ ਸੋ ਇਹਨਾਂ ਕੀ ਪ੍ਰੋਸੈਸ ਆ ਇਹਦੇ ਵਿੱਚ ਕੋਈ ਜ਼ਿਆਦਾ ਖਰਚਾ ਨਹੀਂ ਆ ਮਿਨੀਮਮ ਮੈਨੂੰ ਲੱਗਦਾ ਕਿ 1000 ਤੋਂ 1200 ਯੂਰੋ ਜਿਹੜਾ 2250 ਯੂਰੋ ਦਾ ਖਰਚਾ ਜੇ ਆਪਾਂ ਕਹਿ ਲਈਏ ਇੰਨੇ ਕੁ ਲੱਗਦੇ ਆ ਜ਼ਿਆ ਤੇ ਇਨ ਇਹ ਦੇ ਵਿਚੇ ਤੜਾ ਲਾਇਸੈਂਸ ਜਿਹੜਾ ਉਹ ਚੇਂਜ ਹੋ ਜਾਣਾ ਵਾ ਬਾਕੀ ਜਿਹੜਾ ਮੈਂ ਇੰਟਰਨੈਸ਼ਨਲ ਲਾਇਸੈਂਸ ਦਾ ਤੁਹਾਨੂੰ ਦੱਸਿਆ ਸੀਗਾ ਉਹ ਲਾਇਸੈਂਸ ਉਹਨਾਂ ਵਾਸਤੇ ਜਿਹੜੇ ਇੱਥੇ ਨਵੇਂ ਮੁੰਡੇ ਆਏ ਆ ਹਨ ਜਿਨ੍ਹਾਂ ਨੂੰ ਨਹੀਂ ਪਤਾ ਬਾਕੀ ਇੱਕ ਨੈਕਸਟ ਵੀਡੀਓ ਮੈਂ ਬਣਾਉਂਗਾ ਜਿਹੜਾ ਰਮਾਨੀਆਂ ਦਾ ਲਾਇਸੈਂਸ ਹੈ ਰਮਾਨੀਆਂ ਦੇ ਵਿੱਚ ਤੁਸੀਂ ਲਾਇਸੈਂਸ ਕਿੱਦਾਂ ਲੈ ਸਕਦੇ ਆ ਕੀ ਕੀ ਪ੍ਰੋਸੈਸ ਆ ਉਹਦਾ ਰਮਾਨੀਆਂ ਦੇ ਲਾਇਸੈਂਸ ਦਾ ਮਤਲਬ ਮੰਨ ਲਓ ਹੁਣ ਜਿਹੜੇ ਬੰਦੇ ਜਿਨ੍ਹਾਂ ਕੋ ਗਲਫ ਦਾ ਲਾਇਸੈਂਸ ਨਹੀਂ ਹੈਗਾ ਉਹਨਾਂ ਵਾਸਤੇ ਇਹ ਵੀਡੀਓ ਹੋਊਗੀ ਕਿ ਉਹਦੇ ਵਿੱਚ ਤੁਸੀਂ ਕਿੱਦਾਂ-ਕਿੱਦਾਂ ਆਪਣਾ ਜਿਹੜਾ ਇੱਥੇ ਲਾਇਸੈਂਸ ਅਪਲਾਈ ਕਰ ਸਕਦੇ ਹੋ। ਸੋ ਇਹ ਸੀਗੀ ਵੀਡੀਓ। ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ। ਸਤਿ ਸ੍ਰੀ ਅਕਾਲ ਸਾਰਿਆਂ।